former chief minister Gujarat, ਉਹ election preparation ਦੀ ਤਿਆਰੀ ਦਾ ਜਾਇਜ਼ਾ ਲੈਣ ਵਾਸਤੇ ਅਤੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਇੱਥੇ ਆਏ। ਸਭ ਮਨਾਉਣ ਵਾਲਾ ਤਾਂ ਮਸਲਾ ਹੀ ਕੋਈ ਨਹੀਂ, ਸਭ ਮੈਂ 4 ਦਿਨ ਪਹਿਲਾਂ ਵੀ ਜਾ ਕੇ ਆਇਆ ਸੀ, ਉਹਨਾਂ ਦੀ ਕਮਿਟਮੈਂਟ ਹੈ, ਮੈਂ ਪਾਰਟੀ ਦੇ ਨਾਲ ਖੜਾ। ਓਬਵੀਅਸਲੀ ਉਹ ਵੀ ਕਲੇਮੈਂਟ ਸੀਗੇ, ਉਹਨਾਂ ਦੇ ਆਪਣੇ ਕੁਝ ਖਦਸੇ ਆ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਹੈ, ਬਟ ਪਾਰਟੀ ਦੇ ਨਾਲ ਸਾਰੇ ਉਹਨਾਂ ਦੇ ਵਰਕਰ ਸਾਥੀ ਸਾਰੇ ਮਜ਼ਬੂਤੀ ਨਾਲ ਖੜੇ ਆ। ਸਰ, ਪ੍ਰਿਯੰਕਾ ਗਾਂਧੀ ਦਾ ਬਿਆਨ ਆਇਆ ਕਿ ਨੋਟਬੰਦੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਮਹਿਲਾਵਾਂ ਦੇ ਗਹਿਣੇ ਗਿਰਵੀ ਰਖਵਾ ਦਿੱਤੇ, ਕਿਸ ਤਰ੍ਹਾਂ ਦੇਖਦੇ ਸਰ? ਮੈਂ ਸਮਝਦਾ ਵੀ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਬਜਾਏ ਆਹ ਦੇਖਣ ਵੀ ਅੱਜ ਦੇਸ਼ ਦੇ ਅੰਦਰ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ, ਤਾਂ ਕਿ ਇਹ ਜੀ ਨੌਬਤ ਕਿਸੇ ਦੀ ਨਾ ਆਵੇ, ਉਹ ਤਰੱਕੀ ਕਿਸ ਤਰ੍ਹਾਂ ਹੋਊਗੀ, ਉਹਨੂੰ ਲੈ ਕੇ ਜਿਹੜਾ ਜੋ ਕੁਛ ਪਿਛਲੇ 10 ਸਾਲਾਂ 'ਚ ਹੋਇਆ, ਜੇ ਅੱਜ ਪੰਜਾਬ ਹਿੰਦੁਸਤਾਨ ਦੀ ਅਰਥ ਵਿਵਸਥਾ ਦੁਨੀਆ ਦੇ ਅੰਦਰ 5ਵੇਂ ਨੰਬਰ 'ਤੇ ਪਹੁੰਚੀ ਹੈ, ਅਤੇ ਉਹਨੂੰ ਅੱਗੇ 3ਵੇਂ ਨੰਬਰ 'ਤੇ ਲੈ ਕੇ ਜਾਣਾ ਹੈ, ਅਮਰੀਕਾ ਚੀਨ ਨਾਲ ਜੇ ਆਪਾਂ ਮੁਕਾਬਲਾ ਕਰਨਾ ਹੈ, ਉਹ ਡਿਵੈਲਪਮੈਂਟ ਦੇ ਥਰੂ ਹੋ ਸਕਦੀ ਹੈ, ਇਹਨਾਂ ਗੱਲਾਂ ਦੀ ਆਪਸੀ ਛਿੰਟਾਕਸ਼ੀ ਨਾਲ ਕੁਛ। ਦੇਖੋ, ਮੈਨੂੰ ਤਾਂ ਰਿਸਪੋਂਸ ਬਹੁਤ ਵਧੀਆ ਲੱਗ ਰਿਹਾ ਸਾਹਿਬ, ਲੋਕਾਂ ਦਾ ਹੁੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਵਧੀਆ, ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਬੀਜੇਪੀ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ, ਬੀਜੇਪੀ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ, ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਆ, ਅੱਜ ਤੋਂ ਨਹੀਂ ਪਿਛਲੇ 2-2.5 ਸਾਲਾਂ ਤੋਂ, ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ, ਉਹ ਜਿਹਨੂੰ ਕਹਿੰਦੇ ਨੇ ਵੀ ਇੱਕਦਮ ਉਕਤਾ ਚੁੱਕੇ ਸੀ, ਉੱਭ ਗਏ ਸੀਗੇ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਸੀਗੇ, ਜੋ ਵੀ ਸੀ, ਸਾਰਿਆਂ ਤੋਂ ਉਹਨਾਂ ਨੇ ਕਿਹਾ ਵੀ ਟ੍ਰੈਡੀਸ਼ਨਲ ਵੋਟਾਂ ਨੂੰ ਨਵਾਂ ਮੌਕਾ ਦੇਣਾ, ਅਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਇਹਦੇ ਨਾਲ ਤਾਂ ਉਹ ਹੀ ਚੰਗੇ ਸੀਗੇ, ਉਹਨਾਂ ਨੂੰ ਇਹਦੇ ਉਹਨਾਂ ਨੂੰ ਚੰਗੇ ਕੁਆਤਾ, ਹੁਣ ਉਹ ਦੇਖ ਰਿਹਾ ਵੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ, ਉਹ ਹੈ ਬੀਜੇਪੀ, ਵੀ ਬੀਜੇਪੀ ਨੂੰ ਮੌਕਾ ਦਿਓ, ਕਿਉਂਕਿ ਦੇਸ਼ ਤਰੱਕੀ ਕਰ ਰਿਹਾ, ਪੰਜਾਬ ਵਾਂਝਾ ਨਾ ਰਹਿ ਜੇ, ਇਹਦੇ ਵਾਸਤੇ ਮੈਂ ਸਮਝਦਾ। ਮੁਕਾਬਲਾ ਸਾਹਿਬ, ਦੁਸ਼ਮਣ ਵਰਡ ਬਹੁਤ ਸਟਰੋਂਗ ਹੋ ਜਾਂਦਾ ਹੈ, ਪ੍ਰਤੀਦਵੰਦੀ ਜਿਹੜੇ ਸਾਡਾ ਕੰਪੀਟੀਸ਼ਨ ਉਹਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਦਾ। ਅੱਜ ਬੜਾ ਜਲਦੀ ਪੁੱਛ ਰਹੇ ਹੋ ਮੇਰੇ ਤੋਂ ਤੁਸੀਂ, ਨਹੀਂ ਮੈਂ ਇਸ ਕਰਕੇ ਕਹਿ ਰਿਹਾ, ਅੱਜ ਤੇ ਕੈਂਡੀਡੇਟ ਆ ਜਾਣ ਦੇ, ਮੈਂ ਸਾਰੇ ਦੱਸ ਦੂੰਗਾ ਕਿਹਦੇ ਨਾਲ ਮੁਕਾਬਲਾ। ਆਮ ਆਦਮੀ ਪਾਰਟੀ ਨੂੰ ਖਾਸ ਉਮੀਦਵਾਰ ਕਿਉਂ ਮੈਦਾਨ 'ਚ ਉਤਾਰ ਰਹੇ, ਕਿ ਆਪਣੇ ਵਜ਼ੀਰ ਕਿਉਂ ਮੈਦਾਨ 'ਚ ਉਤਾਰ ਰਹੇ, ਕੀ ਲੱਗਦਾ? ਤੁਸੀਂ ਖਾਸ ਦੀ ਗੱਲ ਕੀਤੀ, ਆਮ ਤਾਂ ਹੈ ਹੀ ਨਹੀਂ ਸਾਹਿਬ, ਅਗਰ ਆਮ ਹੈਗੇ ਸਭ ਤੋਂ ਮਹਿੰਗਾ ਆਮ ਮੈਂ ਤਾਂ ਅਲਫਾਂਸੋ ਹੀ ਸੁਣਿਆ ਸਾਹਿਬ, ਇਹ ਜਿਹੜੇ ਆਮ ਹੈ ਵੀ ਲੰਗੜੇ ਆਮ ਹੈ ਨਹੀਂ, ਅਲਫਾਂਸੋ ਆਮ ਹੈ, ਖਾਸ ਹੈ, ਅੰਦਰ ਬੈਠੇ ਵੀ ਆਮ ਉਹਨਾਂ ਨੂੰ ਦਿਸ ਰਿਹਾ ਵੀ ਇੰਨਾ ਆਮ ਹੋ ਗਏ, ਜੇਲ੍ਹ 'ਚ ਵੀ ਉਹਨਾਂ ਨੂੰ ਆਮ ਚਾਹੀਦੇ ਹੈ ਵੀ ਆਮ ਖਾਓ, ਮੈਂ ਤਾਂ ਇੱਥੇ ਕੋਈ ਜੇਲ੍ਹ ਸੁਣੀ ਨਹੀਂ, ਸੁਣਦੇ ਸੀ ਵੀ ਤਿਹਾਰ ਜੇਲ੍ਹ ਬੜੀ ਸਖਤ ਹੈ, ਬੜਾ ਜੀ ਉੱਥੇ ਸਾਹ ਹੀ ਨਹੀਂ ਲੈਣ ਦਿੰਦੇ, ਉੱਥੇ ਤਾਂ ਖੀਰ ਖਵਾਈਆਂ ਜਾ ਰਹੀਆਂ, ਉੱਥੇ ਤਾਂ ਆਮ ਖਵਾਏ ਜਾ ਰਹੇ ਅਲਫਾਂਸੋ। ਦੇਖੋ, ਆ ਸਿਰਫ ਕੈਂਡੀਡੇਟ ਤਾਂ ਹੀ ਗੱਲ ਨਹੀਂ ਸਾਹਿਬ, ਚੀਫ ਮਿਨਿਸਟਰ ਦਿੱਲੀ ਜੇਲ੍ਹ ਦੇ ਅੰਦਰ ਹੈ, ਤੇ ਜਿਹੜੇ ਕਹਿੰਦੇ ਸੀ ਆਮ ਵਰਕਰਾਂ ਦੀ, ਵਰਕਰ ਨਹੀਂ ਵਲੰਟੀਅਰ ਕਹਿੰਦੇ ਆਮ ਆਦਮੀ ਪਾਰਟੀ ਨੂੰ, ਸਾਡੇ ਵਲੰਟੀਅਰਸ ਦੀ ਪਾਰਟੀ ਹੈ, ਤੇ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਾਸਤੇ, ਵੀ ਮਿਸਿਸ ਕੇਜਰੀਵਾਲ ਹੀ ਫਿੱਟ ਹੈ, ਕਹਿੰਦੇ ਸੀ ਵੀ ਅਸੀਂ ਦੂਜੀ ਪਾਰਟੀਆਂ ਤੋਂ ਆਡਾ, ਅਸੀਂ ਇੱਕ ਨਵੀਂ ਕਿਸਮ ਦੀ ਰਾਜਨੀਤੀ ਬਦਲਾਵ ਲੈ ਕੇ ਆਵਾਂਗੇ, ਆਹ ਬਦਲਾਵ ਕੱਢਿਆ ਸਭ,
ਮੈਂ ਤਾਂ ਪੁੱਛਣਾ ਚਾਹੁੰਦਾ ਵੀ ਲਾਲੂ ਪ੍ਰਸਾਦ ਜੀ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਫਰਕ ਕੀ ਹੈ? ਰਾਬੜੀ ਦੇਵੀ ਤੇ ਇਹ ਜਿਹੜੇ ਇਹਨਾਂ ਦੇ ਵਾਈਫ ਹੈ ਮਿਸਿਸ ਕੇਜਰੀਵਾਲ, ਕੀ ਫਰਕ ਹੈ ਸਾਨੂੰ ਆਹ ਦੱਸੋ? ਉਹਨਾਂ ਨੂੰ ਕਿਸੇ ਤੇ ਜੀ ਨਹੀਂ ਟਿਕਿਆ। ਕੇਜਰੀਵਾਲ ਸਾਹਿਬ ਇਸ ਗੱਲ ਦਾ ਤੁਸੀਂ ਕਹਿੰਦੇ ਤੂੰ ਰੋਣੀ ਹੈ ਕਾਲੇ ਚ, ਮੈਨੂੰ ਇੱਥੇ ਰੁੜ ਗਏ ਕਲੰਗੀ ਵਾਲੇ। ਤੁਸੀਂ ਕੈਂਡੀਡੇਟਾਂ ਦੀ ਗੱਲ ਕਰੀਏ ਤੇ ਚੀਫ ਮਿਨਿਸਟਰ ਨੇ ਲਿਆ ਕੇ ਆਪਣੇ ਘਰੋਂ ਲਿਆ ਕੇ ਬਿਠਾ ਤਾ। ਸੋ ਇਹ ਲੋਕ ਇਸੇ ਕਰਕੇ ਲੋਕ ਅੱਜ ਦੇਖ ਰਹੇ ਹੈ ਲੋਕਾਂ ਦੀ ਨਿਗਾਹ। ਪੰਜਾਬ ਦੇ ਇਤਿਹਾਸ ਪਹਿਲੀ ਵਾਰ ਹੋਇਆ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਅੱਜ 24 ਤਰੀਕ ਹੋ ਗਈ ਹੈ, 23 ਤਰੀਕ ਤੱਕ ਤਨਖਾਹ ਨਹੀਂ ਆਈ। ਪੁਲਿਸ ਮੁਲਾਜ਼ਮ ਮੁਲਾਜ਼ਮ ਹੋਣ ਦੇ ਨਾਤੇ ਖੁੱਲ੍ਹ ਕੇ ਬੋਲ ਨਹੀਂ ਰਹੇ ਮੀਡੀਆ ਅੱਗੇ, ਪਰ ਉਹਨਾਂ ਦੇ ਬੱਚੇ, ਉਹਨਾਂ ਦੀਆਂ ਫੀਸਾਂ ਜਾਣੀਆਂ ਹੈਗੀਆਂ, ਤਰਾਸ ਤਰਾਸ ਹੋ ਰਿਹਾ। ਕਿਵੇਂ ਦੇਖ ਰਹੇ ਹੋ ਕਰਜ਼ਾ ਬਹੁਤ ਜ਼ਿਆਦਾ ਚੜ੍ਹ ਗਿਆ ਪੰਜਾਬ? ਉਹ ਬੋਲਣ ਨਾ ਬੋਲਣ ਸਭ ਪੁਲਿਸ ਦੇ ਕਰਮਚਾਰੀ, ਡਿਸਿਪਲਿਨ ਫੋਰਸ ਅਜੇ ਵੀ ਹੈ, ਕਿਸੇ ਡਿਸਿਪਲਿਨ 'ਚ ਹੈ। ਪਰ ਪੰਜਾਬ ਦੇ ਅੰਦਰ ਵੱਧ ਰਹੀਆਂ ਜਿਸ ਤਰ੍ਹਾਂ ਖੋਹਾਂ ਦੀ ਘਟਨਾ ਜੋ ਹੋ ਰਹੀਆਂ, ਹਰੇਕ ਕਿਸਮ ਦੀ ਲੋਅ ਐਂਡ ਆਰਡਰ ਨਾਮ ਚੀਜ਼ ਦੀ ਜਿਹੜੀ ਹੈ, ਉਹ ਜਿਹੜੇ ਯੂਨੀਫਾਰਮ ਪੁਲਿਸ ਹੈ ਉਹ ਆਪਣੇ ਆਪ ਨੂੰ ਫਰਸਟ੍ਰੇਟ ਮਹਿਸੂਸ ਕਰ ਰਹੀ ਹੈ। ਸਰ ਜਦੋਂ ਤਾਈਂ 200 ਕਰੋੜ ਦੇ ਕਰਜ਼ਾ ਹੋਰ ਲਿਆ ਪੰਜਾਬ ਸਰਕਾਰ ਨੇ, ਠੀਕ ਇਹੋ ਹੀ ਕਾਰਨ ਹੈ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਫਿਰ ਇਸ ਤਰ੍ਹਾਂ ਦਾ ਚੋਣ ਚਾਪ ਦੇ ਵਿੱਚ 2500 ਕਰੋੜ? ਦੇਖੋ ਆਹ ਗੱਲਾਂ, ਇਲੈਕਸ਼ਨ ਹੋਊਗਾ ਸਾਰੀਆਂ ਗੱਲਾਂ ਕਰਾਂਗੇ ਸਰ। ਅੱਜ ਦੇ ਦਿਨ ਤਾਂ ਅਸੀਂ ਜਿਹੜੀ ਪ੍ਰੈਪਰੇਸ਼ਨ ਕਰ ਲਈ ਹੈ ਸਾਰੀ, 2500 ਦਾ ਵੀ ਗੱਲ ਕਰਾਂਗੇ। ਮੋਟੀ ਜੀ ਗੱਲ ਮੈਂ ਜਿਹੜੀ ਸਮਝਦਾ ਨਾ, 2500 ਅੱਜ ਕੱਲ੍ਹ ਕਰੋੜ ਤਾਂ ਐਵੇਂ ਹੋ ਗਏ, 350 ਕਰੋੜ ਰੁਪਈਆ ਦਾ MPs ਦੇ ਕਲਮਾਰੀਆਂ 'ਚ ਪਿਆ ਮਿਲ ਜਾਂਦਾ। ਪੰਜਾਬ ਵੀ ਮਾੜਾ ਨਹੀਂ, ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਦੇ ਬਿਸਤਰ ਦੇ ਹੇਠਾਂ 10 ਕਰੋੜ ਮਿਲ ਗਿਆ, ਅੱਜ ਕੱਲ੍ਹ ਕਰੋੜ ਦਾ ਰੇਵੜੀਆਂ ਬਣੇ ਖੜੇ ਆ। ਪਰ ਦੇਖੋ ਬੜੇ ਅਮੀਰ ਸੁਦਾਮਾ ਜੀ, ਇਹ ਜੇ ਸੁਦਾਮਾ ਤੇ ਇਹ ਜੇ ਕ੍ਰਿਸ਼ਨ ਮਿਲ ਜਾਣਗੇ ਭਗਵਾਨ ਸਾਹਮਣੇ, ਜੇ ਜੇ ਕਹੇ ਜੇ ਭਗਤ ਹੈ ਉਹ ਜੇ ਉਹਨਾਂ ਨੂੰ ਅੱਗੇ ਮਿਲ ਜਾਣਗੇ। ਪਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਚੋਣਾਂ ਤੋਂ ਬਾਅਦ ਸਰਕਾਰ ਟੁੱਟ ਜਾਏਗੀ, ਤੇ ਜੇ ਟੁੱਟਦੀ ਹੈ ਤਾਂ ਫਿਰ ਕਿਹਦੀ ਬਣੇਗੀ? ਦੋਸਤਾਂ ਮੈਂ ਪਾਰਕ ਹੈ ਕਿ ਤੁਸੀਂ ਦੱਸੋ, ਮੈਂ ਤਾਂ ਜੋਤਿਸ਼ ਯਕੀਨ ਕਰਦਾ ਹੀ ਨਾ, ਮੇਰੇ ਕੋਈ ਅੰਗੂਠੀ ਨਾ ਕੋਈ ਨਗ, ਅੱਜ ਕੱਲ੍ਹ ਸਾਰੇ ਲੀਡਰ